ਨਮਸਕਾਰ ਸਤ ਸ੍ਰੀ ਅਕਾਲ ਡੇ ਆਂਡ ਨਾਈਟ న్యూਸ ਦੇ ਜਾਗੂ ਪੰਜਾਬ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਤੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਭਜਨਠ ਅਤੇ ਮਾਰੂ ਮਾਰ ਦੇ ਜ਼ਮਾਨੇ 'ਚ ਅਸੀਂ ਕਿਤੇ ਕੁਝ ਚੰਗੇ ਕੰਮ ਦੀ ਆਸ ਬਿਲਕੁਲ ਛੱਡ ਦਿੱਤੀ ਹੈ ਗੱਲ ਸਿਆਸਤ ਦੀ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦੀ ਹੋਵੇ ਜਾਂ ਸਿਵਲ ਪ੍ਰਸ਼ਾਸਨ ਦੀ ਇਹਨਾਂ ਤਿੰਨਾਂ ਥਾਵਾਂ ਤੋਂ ਸਾਨੂੰ ਕੁਝ ਖੁਸ਼ੀ ਖੇੜਾ ਜਾਂ ਸੁਖਦ ਅਹਿਸਾਸ ਨਹੀਂ ਮਿਲਦਾ ਪਰ ਕੁਝ ਲੋਕ ਇਕੱਲੇ ਕਰ ਰਹੀ ਆਪਣੇ ਤੌਰ ਤੇ ਲੱਗੇ ਹੋਏ ਨੇ ਸਮਾਜ ਨੂੰ ਕੁਝ ਦੇਣ ਦੇ ਲਈ ਇਹਨਾ ਇੱਕਲੇ ਕਾਰਿਆਂ ਨਾਵਾਂ ਚੋਂ ਇੱਕ ਨਾਮ ਹੈ ਐਡਵੋਕੇਟ ਸਤਵੀਰ ਸਿੰਘ ਖਟੜਾ ਸਤਵੀਰ ਸਿੰਘ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੇ ਇਹ ਕਾਫੀ ਸਮੇਂ ਤੋਂ ਪਟਿਆਲਾ ਸ਼ਹਿਰ ਦੇ ਸਮਾਜ ਸੁਧਾਰ ਦੇ ਕਾਰਜਾਂ 'ਚ ਲੱਗੇ ਹੋਏ ਨੇ ਅ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਟੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ 'ਚ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜਾਗੋ ਪੰਜਾਬ ਦੇ ਜਿੰਨੇ ਵੀ ਦਰਸ਼ਕ ਜਿਹੜੇ ਇਸ ਟਾਈਮ ਦੇਖ ਰਹੇ ਨੇ ਔਰ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਵਸਨੀਕ ਔਰ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿੰਨੇ ਵੀ ਬਾਹਰਲੇ ਮੁਲਕਾਂ 'ਚ ਵਸਦੇ ਸਾਡੇ ਨੌਜਵਾਨ ਵੀਰ ਬਜ਼ੁਰਗ ਪਰਿਵਾਰ ਸਾਰਿਆਂ ਨੂੰ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਤੁਸੀਂ ਮੌਕਾ ਦਿੱਤਾ ਸਾਰਿਆਂ ਦੇ ਸਾਹਮਣੇ ਬੈਠਣ ਦਾ ਤੁਹਾਡੀ ਸਖਸ਼ੀਅਤ ਹੈ ਤਾਂ ਦੀ ਹੈ ਕਿ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਇਹ ਜਗ ਪੰਜਾਬ ਸ਼ੋਅ ਹੈਗਾ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਸਖਸ਼ੀਅਤਾਂ ਨੂੰ ਹਸਤੀਆਂ ਨੂੰ ਇੱਥੇ ਬੁਲਾਉਂਦੇ ਆ ਜਿਨ੍ਹਾਂ ਦਾ ਸਮਾਜ ਦੇ ਪ੍ਰਤੀ ਕੁਝ ਕਰ ਰਹੇ ਨੇ ਉਹ ਨਿਕਰ ਯੋਗਦਾਨ ਪਾ ਰਹੇ ਨੇ ਸਮਾਜ ਨੂੰ ਪਰਪੂਲਤ ਕਰਨ ਲਈ ਅੱਗੇ ਸੇਧ ਦੇਣ ਦੇ ਲਈ ਸੋ ਤੁਹਾਡਾ ਹੱਕ ਬਣਦਾ ਸੀ ਇਸ ਕਰਕੇ ਤੁਸੀਂ ਇੱਥੇ ਬੈਠੇ ਹੋ ਅ ਸ਼ੁਰੂ ਕਰਦੇ ਆਪਾਂ ਸਮਾਜ ਸਦਾਰ ਤੇ ਕਿਹੜੇ ਕਿਹੜੇ ਕਾਰਜ ਨੇ ਜਿਹੜੇ ਤੁਸੀਂ ਅੱਜ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤੀ ਦੌਰ ਚ ਅਸੀਂ ਕਿਵੇਂ ਇਹ ਸੋਚਿਆ ਜਾਂ ਕਿਵੇਂ ਇਹਦਾ ਗਠਨ ਕੀਤਾ ਮੈਂ ਥੋੜਾ ਜਿਹਾ ਬਰੀਫਿੰਗ ਤੁਹਾਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਦੇਣੀ ਚਾਹਨਾ ਮੈਂ ਬਤੌਰ ਐਜ਼ ਅ ਲਾ ਗ੍ਰੈਜੂਏਟ ਔਰ ਉਸ ਤੋਂ ਬਾਅਦ ਮੈਂ ਮਾਸਟਰਸ ਕੀਤੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ MBA ਕਰਕੇ ਐਜ਼ ਐਨ ਐਡਮਿਨਿਸਟਰेटर ਮੈਂ ਇੰਸਟੀਟਿਊਟ ਆਫ ਹੌਸਪੀਟੈਲਿਟੀ ਮੈਨੇਜਮੈਂਟ ਮੈਂ ਦੇਖਦਾ ਜਿਹੜਾ ਮੇਰਾ ਪ੍ਰੋਫੈਸ਼ਨ ਹੈ। ਔਰ ਉਹਦੇ ਨਾਲ ਨਾਲ ਅਸੀਂ ਪਿੱਛੇ 4 4.5 ਸਾਲ ਪਹਿਲਾਂ ਕੁਝ ਕੁ ਨੌਜਵਾਨਾਂ ਨੇ ਇਕੱਠੇ ਹੋ ਕੇ ਜਿੱਥੇ ਸਾਡਾ ਪਿੰਡ ਹੈ, ਸਾਡਾ ਨਗਰ ਹੈ, ਜਿੱਥੇ ਸਾਡੀ ਜ਼ਮੀਨ ਹੈ, ਰੋਜ਼ ਅਸੀਂ ਜਾਂਦੇ ਆ ਜਾਂ ਜਿੱਥੋਂ ਦਾ ਪਖਾਨੇ ਆ। ਉੱਥੇ ਇੱਕ ਛੋਟੀ ਜੀ ਕਮੇਟੀ ਸੋਸਾਇਟੀ ਬਣਾਉਣ ਬਾਰੇ ਸੋਚਿਆ। ਔਰ ਉਹਦਾ ਨਾਮ ਅਸੀਂ ਸੋਚਿਆ ਵੀ ਕਦੇ ਕੱਲ ਨੂੰ ਇਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਜਿਹੜੀ ਪਿੰਡਾਂ ਦੀ ਜਾਂ ਪੰਜ ਪਿੰਡਾਂ ਦੀ ਕਮੇਟੀ ਹੋਊਗੀ ਇਹਨੂੰ ਆਪਾਂ ਨਾ ਹੀ ਇਸ ਤਰੀਕੇ ਦਾ ਰੱਖਣਾ ਵੀ ਆਪਾਂ ਸਾਰੇ ਪਟਿਆਲੇ ਨੂੰ ਹੀ ਇਹਦੇ ਨਾਲ ਜੋੜਿਆ ਜਾਵੇ ਹਮਮ ਔਰ ਉਹਦਾ ਨਾਮ ਰੱਖਿਆ ਹੈਗਾ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਔਰ ਜਿੱਥੋਂ ਅਸੀਂ ਸ਼ੁਰੂ ਕੀਤੀ ਉਹ ਸਾਰੇ ਹੀ ਪਿੰਡਾਂ ਨੇ ਸਾਰੇ ਨਗਰਾਂ ਨੇ ਉਹਨਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਜਿਹੜੇ ਮੈਂ ਸਮਝਦਾ ਬਜ਼ੁਰਗਾਂ ਨੇ ਵੀ ਬਹੁਤ ਪਰਿਵਾਰ ਸਾਡੇ ਨਾਲ ਜੁੜੇ ਇੱਕ ਨਵਾਂ ਜਿਹੀ ਰੂਹ ਅਸੀਂ ਪੈਦਾ ਕੀਤੀ ਨੌਜਵਾਨਾਂ ਚ ਸਮਾਜ ਸੇਵਾ ਦੀ ਉਹਨਾਂ ਨੂੰ ਇਕੱਠਿਆਂ ਕਰਨ ਦੀ ਚੰਗੇ ਕੰਮਾਂ ਵੱਲ ਤੋਰਨ ਦੀ ਔਰ ਬਹੁਤ ਜਲਦੀ ਜਿਹੜੀ ਸਾਡੀ ਜਿਹੜੀ ਗਿਣਤੀ ਹੈ ਵਾਧੀ ਗਈ ਔਰ ਮੇਰਾ ਖਿਆਲ ਹੈ ਪਹਿਲੇ ਸਾਲ ਦੇ ਵਿੱਚ ਹੀ ਅਸੀਂ 10000 ਤੋਂ ਉੱਤੇ ਜਿਹੜੇ ਮੈਂਬਰਸ ਨੇ ਸਾਡੀ ਸੁਸਾਇਟੀ ਦੇ ਨਾਲ ਜੁੜੇ ਸੀ ਔਰ ਕੰਮ ਕੀ ਕੀ ਲੈ ਕੇ ਚੱਲੇ ਸੀ ਉਹਨਾਂ ਤੋਂ ਮੁਢਲੇ ਜਿਹੜੇ ਕੰਮ ਨੇ ਉਹਦੇ ਵਿੱਚ ਇੱਕ ਤਾਂ ਸੀ ਜਿਹੜੀ ਲੋੜ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੇ ਆਪਾਂ ਸਿੱਧੀ ਗੱਲ ਕਰੀਏ ਵੀ ਆਪਾਂ ਇਹਨਾਂ ਨੂੰ ਨਸ਼ੇ ਨਹੀਂ ਕਰਦੇ ਨੇ ਤਾਂ ਮੇਰਾ ਖਿਆਲ ਉਹ ਆਪਣੀ ਗੱਲ ਮੰਨਣ ਨੂੰ ਇੰਨਾ ਜ਼ਿਆਦਾ ਤਿਆਰ ਨਹੀਂ ਹੋਣਗੇ ਨਹੀਂ ਹਾਂਜੀ ਤਾਂ ਉਹਨਾਂ ਨੂੰ ਅਸੀਂ ਇੱਕ ਜਿਵੇਂ ਚਾਹੇ ਬੈਟਬਾਲ ਹੀ ਦੇ ਦਿਓ ਹੂੰ ਹੂੰ ਕਿਉਂਕਿ ਪਿੰਡਾਂ ਦੇ ਵਿੱਚ ਮੈਂ ਦੇਖਿਆ ক্রিকেট ਦਾ क्रेज ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਬਿਲਕੁਲ ਜਦੋਂ ਫੁੱਲ ਜਦੋਂ ਗਰਮੀ ਦੀ ਰੁੱਤ ਹੁੰਦੀ ਹੈ ਮਈ ਜੂਨ ਦੇ ਮਹੀਨੇ ਖੇਤ ਵਿਹਲੇ ਹੁੰਦੇ ਨੇ ਜ਼ੀਰੀ ਲਾਉਣ ਤੋਂ ਪਹਿਲਾਂ ਉਦੋਂ ਸਾਰੇ ਖੇਤਾਂ ਦੇ ਵਿੱਚ ਹੀ ਕ੍ਰਿਕਟ ਚੱਲ ਰਹੀ ਹੁੰਦੀ ਮੇਰੇ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਅਨਕਰੇਜ ਕੀਤਾ ਵੀ ਤੁਸੀਂ ਵਧੀਆ ਬੈਟ ਵਧੀਆ ਬੋਲ ਦੇ ਨਾਲ ਖੇਡੋ ਇੱਕ ਇੱਕ ਪਿੰਡ ਚ 10 10 ਟੂਰਨਾਮੈਂਟ ਵੀ ਕਰਾਈ ਜਾਂਦੇ ਸੀ ਸਾਨੂੰ ਇਹ ਫਾਇਦਾ ਸੀ ਵੀ ਚਲੋ ਜਿੰਨੇ ਖੇਡਦੇ ਆ 10 ਦਿਨ ਕੰਮ ਲੱਗੇ ਹੋਏ ਆ ਪੁੱਠੇ ਪਾਸੇ ਧਿਆਨ ਨਹੀਂ ਜਾਣਾ ਗਰਮੀ ਦੇ ਛੁੱਟੀਆਂ ਨੇ ਤਾਂ ਜਿੰਨੇ ਜ਼ਿਆਦਾ ਖੇਡਦੇ ਉਹਨਾਂ ਹੀ ਵਧੀਆ ਉਹਨਾਂ ਦਾ ਫਾਇਦਾ ਸਾਡੇ ਲਈ ਸੋ ਇੱਕ ਕੰਮ ਸੀ ਜਿਹੜੇ ਕਬੱਡੀ ਕੱਪ ਪਿੰਡਾਂ ਦੇ ਵਿੱਚ ਹੋ ਰਹੇ ਸੀ ਉਹਨਾਂ ਨੂੰ ਅਨਕਰੇਜ ਕਰਨਾ ਉਹਨਾਂ ਨੂੰ ਜਿੰਮ ਦਾ ਸਮਾਨ ਮੁਹੱਈਆ ਕਰਾਉਣਾ ਉਹ ਅਸੀਂ ਅਗਲਾ ਕੰਮ ਵਿੱਢਿਆ ਔਰ ਇਸ ਤੋਂ ਇਲਾਵਾ ਜਿਹੜੀ ਫ੍ਰੀ ਮੈਡੀਕਲ ਸਹੂਲਤ ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਿਆ ਉਦੋਂ ਬੰਦਾ ਡਾਕਟਰ ਕੋਲ ਜਾਂਦਾ ਜਦੋਂ ਨਾ ਤਾਂ ਉਹ ਬਿਮਾਰੀ ਦਾ ਇਲਾਜ ਹੀ ਰਹਿੰਦਾ ਹੂੰ ਹੂੰ ਤੇ ਮਤਲਬ ਉਸ ਸਟੇਜ 'ਤੇ ਨਹੀਂ ਰਹਿੰਦੀ ਉਹ ਅੱਗੇ ਵੱਧ ਚੁੱਕੀ ਹੁੰਦੀ ਸੋ ਅਸੀਂ ਇੱਕ ਪ੍ਰੋਗਰਾਮ ਬਣਾਇਆ ਜਿਹਦੇ ਰਾਹੀਂ ਅਸੀਂ ਗਿਆਨ ਸગર ਮੈਡੀਕਲ ਕਾਲਜ ਤੱਕ ਅਸੀਂ ਅਪਰੋਚ ਕੀਤੀ ਵੀ ਤੁਸੀਂ ਸਾਨੂੰ ਅਸੀਂ ਕੈਂਪ ਲਵਾਇਆ ਕਰਾਂਗੇ ਤੁਸੀਂ ਸਾਨੂੰ ਡਾਕਟਰਸ ਫ੍ਰੀ ਅਵੇਲ ਕਰਾਇਆ ਕਰੋ ਤਾਂ ਕਿ ਜਿਹੜੀਆਂ ਕੁਝ ਜਨਰਲ ਮੈਡੀਸਿਨਸ ਨੇ ਉਹ ਵੀ ਆਪਾਂ ਦੇ ਸਕੀਏ ਜਾਂ ਇਹਨਾਂ ਦਾ ਚੈੱਕਅਪ ਚੰਗੀ ਤਰ੍ਹਾਂ ਹੋ ਸਕੇ ਤਾਂ ਆਪਾਂ ਲੋਕਾਂ ਨੂੰ ਫ੍ਰੀ ਦੱਸ ਸਕੀਏ ਵੀ ਤੁਹਾਨੂੰ ਇਹ ਬਿਮਾਰੀ ਹੈ ਜਾਂ ਇਹਦਾ ਜੇ ਛੇਤੀ ਇਲਾਜ ਕਰ ਲਓ ਤਾਂ ਉਨੀ ਸੌਖੀ ਆਪਾਂ ਇਹਨੂੰ ਕਰ ਸਕਦੇ ਆ ਠੀਕ ਕਰ ਸਕਦੇ ਆ ਫਟ ਸਕਦੇ ਆ ਸੋ ਇਹ ਸੈਕੰਡ ਸਾਡਾ ਜਿਹੜਾ ਥਾਟ ਸੀਗਾ ਤੀਸਰਾ ਸਾਡਾ ਸੀਗਾ ਵੀ ਜਿਹੜੀ এনवायरमेंट ਹੈ ਉਹਦੇ ਪ੍ਰਤੀ ਵੀ ਜਾਗਰੂਕਤਾ ਜ਼ਰੂਰ ਜਿਹੜੀ ਆਪਾਂ ਲੋਕਾਂ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਵਿੱਚ ਲੈ ਕੇ ਆਈਏ ਉਹ ਦੋ ਸੀਜ਼ਨ ਸਾਡੇ ਆਉਂਦੇ ਆ ਜਦੋਂ ਬੂਟੇ ਲਾਏ ਜਾ ਸਕਦੇ ਆ ਸਰ ਅਸੀਂ ਪਟਿਆਲਾ ਵੈਲਫੇਅਰ ਸੁਸਾਇਟੀ ਵੱਲੋਂ ਉਹ ਦੋਵੇਂ ਸੀਜ਼ਨਾਂ ਦੇ ਵਿੱਚ ਇੱਕ ਤਾਂ ਹੁਣ ਚੱਲ ਰਿਹਾ ਜੁਲਾਈ ਆਗਸਟ ਦੇ ਵਿੱਚ ਲੱਗਦੇ ਆ ਬੂਟੇ 10 ਕ ਹਜ਼ਾਰ ਬੂਟੇ ਇਸ ਟਾਈਮ ਔਰ 10 ਕ ਹਜ਼ਾਰ ਬੂਟੇ ਅਸੀਂ ਕੋਸ਼ਿਸ਼ ਕਰਦੇ ਆ ਵੀ ਫਰਵਰੀ ਮਾਰਚ ਦੇ ਵਿੱਚ ਲਵਾਏ ਜਾਣ ਹਾਂ ਤਾਂ ਕਿ ਜੇ ਚਲੋ ਸਾਰਿਆਂ ਦੀ ਟੇਕ ਕੇਅਰ ਨਹੀਂ ਕੀਤੀ ਜਾ ਸਕਦੀ ਕੋਸ਼ਿਸ਼ ਕਰੀ ਦੀ ਵੀ ਵੱਧ ਤੋਂ ਵੱਧ ਬੂਟੇ ਉਹਨਾਂ ਦੇ ਵਿੱਚੋਂ ਸਾਂਭੇ ਵੀ ਜਾਣ ਹਾਂ ਬਿਲਕੁਲ ਚੱਲ ਜਾਣ ਚੱਲ ਸਕਣ ਤੋ ਅਜੀ ਜਿਹੜੇ ਕੁਝ ਮੋਡਲੇ ਕੰਮ ਨੇ ਜਿਹੜੇ ਅਸੀਂ ਵੱਡੇ ਹੋਏ ਸੀ ਸੋ ਇਹਨਾਂ ਦੇ ਰਾਹੀਂ ਦੇਖਦੇ ਆ ਕਿੰਨੀ ਕਿ ਸੇਵਾ ਲੋਕਾਂ ਦੀ ਕਿੰਨਾ ਕਿ ਸਹਿਯੋਗ ਹੋਊਗਾ ਉਹਨਾਂ ਕਰਦੇ ਰਹਾਂਗੇ ਇਹ ਸਮਾਜ ਸੁਧਾਰ ਦੇ ਕਾਰਜਾਂ ਦੇ ਨਾਲ-ਨਾਲ ਤੁਸੀਂ ਇੱਕਦਮ ਹੀ ਤੁਹਾਡੇ ਮਨ ਚ ਆਇਆ ਸਿਆਸਤ ਦੇ ਵਿੱਚ ਆਉਣ ਦਾ ਨਹੀਂ ਉਹ ਮੇਰੇ ਮਨ ਚ ਤਾਂ ਹੈ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਐਜ਼ ਅ ਪ੍ਰੋਫੈਸ਼ਨ ਤਾਂ ਅਸੀਂ ਇੱਕ ਕਾਲਜ ਚ ਲਾਉਣਾ ਮੈਂ ਉੱਥੇ ਵੀ ਆਪਣਾ ਕੰਮ ਕਰ ਜ਼ਰੂਰੀ ਹੁੰਦਾ ਕਈ ਕਰੀ ਦੇ ਨੇ ਹਫ਼ਤੇ ਚ ਹੁਣ ਦੋ ਕੁ ਦਿਨ ਜਾਇਆ ਜਾਂਦਾ ਪਰ ਐਜ਼ ਅ ਐਡਮਿਨਿਸਟਰ ਮੈਂ ਉੱਥੇ ਕੰਮ ਕਰਦਾ ਸੀ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਵੱਡੇ ਤਾਂ ਲੋਕਾਂ ਦਾ ਪਿਆਰ ਸਤਿਕਾਰ ਸਹਿਯੋਗ ਜਾਂ ਕਈ ਕੰਮ ਹੀ ਜਿਹੇ ਸੀ ਜਿਹੜੇ ਆਪਾਂ ਨੂੰ ਸਿਆਸਤ ਦੇ ਵਿੱਚ ਵੱਡੇ ਤੋਂ ਬਿਨਾ ਉਹ ਪੂਰੇ ਨਹੀਂ ਸੀ ਕੀਤੇ ਜਾ ਸਕਦੇ ਕਿਉਂਕਿ ਇਹ ਤਾਂ ਇੱਕ ਸਮਾਜ ਸੇਵੀ ਕੰਮ ਸੀ ਇਕੱਠ ਸਾਡੇ ਹੁੰਦੇ ਸੀ ਹਰੇਕ ਮੀਟਿੰਗ ਅਸੀਂ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਮੀਟਿੰਗ ਕਰਦੇ ਹਾਂ ਔਰ ਉਦੋਂ ਜਦੋਂ ਲੋਕ ਆਉਂਦੇ ਆ ਤਾਂ ਉਹਨਾਂ ਦੀਆਂ ਕਈ ਸਮੱਸਿਆਵਾਂ ਅਜਹੀਆਂ ਨੇ ਜਿਹੜੀਆਂ ਆਪਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਕਰਾਉਣੀਆਂ ਹੁੰਦੀਆਂ ਨੇ ਬਿਲਕੁਲ ਉੱਥੇ ਸਾਡੇ ਕੋਲ ਕੋਈ ਦੱਸਣ ਨੂੰ ਹੁੰਦਾ ਨਹੀਂ ਸੀ ਵੀ ਅਸੀਂ ਕੌਣ ਉਹ ਇੱਕ ਜ਼ਰੂਰਤ ਜੀ ਬਣ ਗਈ ਸੀ ਕਿ ਵੀ ਆਪਾਂ ਨੂੰ ਫਿਰ ਤੁਹਾਡੇ ਜਿਹੜੇ ਨਜ਼ਦੀਕੀ ਸਰਕਲ ਦੇ ਵਿੱਚ ਲੋਕ ਸੀ ਤੁਹਾਡੇ ਸਹਿਯੋਗੀ ਸਨ ਉਹਨਾਂ ਨੇ ਤੁਹਾਨੂੰ ਅਪੀਲ ਕੀਤੀ ਵੋਟਾਂ ਦੇ ਵਿੱਚ ਖੜਾ ਹੋਣ ਲਈ ਰਾਈਟ ਮੈਂ ਲਾਸਟ ਮਿੰਟ ਤੱਕ ਇਹੀ ਕਹਿੰਦਾ ਰਿਹਾ ਵੀ ਜਿਹੜੇ ਆਪਣੀ ਸੁਸਾਇਟੀ ਨਾਲ ਜਾਂ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਬੰਦੇ ਜੁੜੇ ਹੋਏ ਨੇ ਉਹਨਾਂ ਦਾ ਫੈਸਲਾ ਜਿਹੜਾ ਮੈਂ ਉਹਦੇ ਤੇ ਟੱਲ ਖੜੂੰਗਾ ਔਰ ਅਸੀਂ ਜਿਸ ਦਿਨ ਇਲੈਕਸ਼ਨ ਦੀ ਅਨਾਊਂਸਮੈਂਟ ਵੀ ਹੋਈ ਆ ਉਸ ਦਿਨ ਵੀ ਪਹਿਲੀ ਤਰੀਕ ਸੀ ਜੇ ਤੁਹਾਨੂੰ ਯਾਦ ਹੋਵੇ ਪਹਿਲੀ ਜਨਵਰੀ 2012 ਅਸੀਂ ਸਾਰੇ ਪਿੰਡਾਂ 'ਚ ਸਨੇਹ ਲਾਇਆ ਵੀ ਸਾਰੇ ਉਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ। ਕਾਫੀ ਕੱਟ ਸੀ ਉਹ। ਤੇ ਮੇਰਾ ਖਿਆਲ ਹੈ 10-12000 ਦਾ ਇਕੱਠ ਹੋਣਾ। ਅਸੀਂ ਕੋਈ ਆਪਣੇ ਵੱਲੋਂ ਗੱਡੀ ਨਹੀਂ ਸੀ ਭੇਜੀ। ਲੋਕ ਡਾਇਰੈਕਟ ਟਰਾਲੀਆਂ 'ਤੇ ਚੜਕੇ ਵੀ ਆਏ ਸੀ ਜੇ ਤੁਸੀਂ ਸਾਡੇ ਕੋਲ ਵੀਡੀਓ ਕਲਿੱਪਸ ਉਸ ਦਿਨ ਦੇ ਪਏ ਨੇ। ਹੂੰ ਹੂੰ। ਤੇ ਉਹਦੇ ਨਾਲ ਉਸ ਦਿਨ ਮੈਂ ਉੱਥੇ ਸਾਰੇ ਲੋਕਾਂ ਦੇ ਸਾਹਮਣੇ ਇਹ ਪੇਸ਼ਕਸ਼ ਰੱਖੀ ਵੀ ਦੇਖੋ ਆਪਾਂ ਕੀ ਕਰਨਾ ਚਾਹੀਦਾ। ਪਹਿਲਾਂ ਇਹ ਵੀ ਕੋਸ਼ਿਸ਼ ਸੀਗੀ ਵੀ ਸਾਨੂੰ ਕਨਸਿਡਰ ਕੀਤਾ ਜਾ ਰਿਹਾ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਹਾਂਜੀ ਇੱਕ ਦੋ ਵਾਰ ਸਾਡਾ ਨਾਮ ਵੀ ਆਇਆ ਸੀ ਉਹਨਾਂ ਨੂੰ ਮੈਂ ਦੱਸਤਾ ਉਦੋਂ ਤੱਕ ਅਨਾਉਂਸਮੈਂਟਸ ਹੋ ਚੁੱਕੀਆਂ ਸੀ ਵੀ ਹੂੰ 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 ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਇਹ ਹੋਣਗੇ ਹੂੰ ਪਰ ਉਹਨਾਂ ਦੀ ਜਿਹੜੀ ਲੋਕਾਂ ਦੀ ਸੋਚ ਸੀ ਉਹ ਸਾਰਿਆਂ ਦਾ ਜਜ਼ਬਾ ਇਹ ਹੀ ਸੀ ਵੀ ਆਪਾਂ ਨੇ ਇਲੈਕਸ਼ਨ ਲੜਨੀ ਲੜਨੀ ਹੈ ਜਿੱਤ ਦੀ ਤਾਂ ਗੱਲ ਬਾਅਦ ਦੀ ਹੈ ਬਾਅਦ ਦੀ ਗੱਲ ਹੈ ਸਾਡੇ ਨਾਲ ਸੁਖਵੀਰ ਜੀ ਇੱਕ ਕਾਲਰ ਜੁੜੇ ਹੋਏ ਨੇ ਦਰਸ਼ਕ ਸਾਡੇ ਫੋਨ ਲਾਈਨ ਤੇ ਜੁੜੇ ਹੋਏ ਨੇ ਆਪਾਂ ਦੇਖਦੇ ਹਾਂ ਕੀ ਗੱਲ ਕਰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਗੁਰਿੰਦਰ ਸਿੰਘ ਪਟਿਆਲੇ ਲੰਗਵਿੰਡਾ ਆਪਣਾ ਜੀ ਬਾਜੀ ਬਾਤ ਸਵਾਗਤ ਹੈ ਤੁਹਾਡਾ ਗੁਰਿੰਦਰ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਤਾਂ ਖੱਟੜ ਸਾਹਦਾ ਤੁਹਾਨੂੰ ਅਦਾ ਕਰਨਾ ਚਾਹੁੰਦਾ ਜੀ ਕਿ ਸਾਡੇ ਪਿੰਡ ਚ ਬਹੁਤ ਕਰੇ ਜਨਾ ਸਾਡੇ ਪਿੰਡ ਚ ਹੈਲੋ ਹਾਂ ਜੀ ਹਾਂ ਸੁਣ ਰਹੇ ਨੇ ਤੁਹਾਡੀ ਗੱਲ ਸੁਣ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਿੰਦਰ ਜੀ ਹਾਂ ਜੀ ਲੰਗਵਿੰਡਾ ਪਟਿਆਲੇ ਵਾ ਆਪਣਾ ਜੀ ਤੁਸੀਂ ਕਈ ਵਾਰ ਆਇਆ ਹੁੰਦਾ ਆਪਣੇ ਪਿੰਡ ਜੀ ਆਇਆਂ ਨੂੰ ਵੀਰ ਜੀ ਜੀ ਹਾਂ ਤੁਹਨੇ ਬੜਾ ਸ ਸਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਜੀ ਬਸ ਧੰਨਵਾਦ ਹੀ ਕਰਨਾ ਹੈ ਸਾਡਾ ਜੀ 와 ਜੀ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਧੰਨਵਾਦ ਤੁਹਾਡਾ ਵੀ ਜੀ ਜਿਹੜੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਸਾਨੂੰ ਟੋੜਾ ਪਰਿਵਾਰ ਦੇ ਨਾਲ ਕਾਫੀ ਤੁਹਾਡੇ ਨਿੱਕੇ ਸਬੰਧ ਰਹੇ ਨੇ ਟੋੜਾ ਸਾਹਿਬ ਦੇ ਨਾਲ ਬਹੁਤ ਨਿੱਕੇ ਸਬੰਧ ਰਹੇ ਨੇ ਤੁਹਾਡੇ ਪਿਤਾ ਜੀ ਐਸਐਸਪੀ ਰਣਵੀਰ ਸਿੰਘ ਖਟਰਾ ਉਹਨਾਂ ਦੇ ਤੁਹਾਡੇ ਸਾਰਾ ਮਤਲਬ ਤੁਹਾਡੇ ਚਾਚਾ ਜੀ ਪਰਮਜੀਤ ਸਿੰਘ ਸੌਹਲੀ ਹੋਰ ਉਹ ਜੇ ਸਬੰਧਾਂ ਨੂੰ ਦੇਖਿਆ ਜਾਵੇ ਤਾਂ ਇੱਕਦਮ ਤੁਹਾਡੇ ਦਿਮਾਗ 'ਚ ਨਹੀਂ ਆਈ ਇਹ ਗੱਲ ਕਿ ਉਸੇ ਖਾਨਦਾਨ ਦੇ ਖਿਲਾਫ ਹੀ ਤੁਸੀਂ ਚੋਣ ਲੜ ਰਹੇ ਹੋ ਦੇਖੋ ਮੈਂ ਬਿਲਕੁਲ ਉਦੋਂ ਛੋਟਾ ਜਿਹਾ ਹੁੰਦਾ ਸੀ ਸਕੂਲ 'ਚ ਹੀ ਪੜਦਾ ਸੀ ਜਦੋਂ ਦੇ ਅਸੀਂ ਟੌੜੇ ਪਿੰਡ ਜਾਂਦੇ ਹਾਂ ਹਾਂਜੀ ਸਾਡੀ ਰਿਸ਼ਤੇਦਾਰੀ ਵੀ ਹੈ ਮੇਰੇ ਪੂਆਜੀ ਟੌੜੇ ਵਿਆਹੇ ਹੋਏ ਨੇ ਹੂੰ ਹੂੰ ਔਰ ਮੇਰੇ ਫਾਤ੍ਹ ਸਾਹਿਬ ਨੇ ਮੈਨੂੰ ਜਿਆਦਾ ਸਮਾਂ ਮੌਕਾ ਮਿਲਿਆ ਵੀ ਮੈਂ ਟੌੜਾ ਸਾਹਿਬ ਦੇ ਨੇੜੇ ਹੋ ਕੇ ਉਹਨਾਂ ਦੀ ਦੇਖਿਆ ਉਹਨਾਂ ਦੀ ਸ਼ਖਸੀਅਤ ਨੂੰ ਮੈਂ ਦੇਖਿਆ ਮਿਸ਼ਾਣਿਆ ਉਹਨਾਂ ਦੇ ਨਾਲ ਅਸੀਂ ਬੜਾ ਲੰਮਾ ਸਮਾਂ ਬਤਾਇਆ ਵੀ ਹੈ ਔਰ ਅੱਜ ਵੀ ਅਸੀਂ ਉਨੀ ਰਿਸਪੈਕਟ ਉਹਨਾਂ ਦੀ ਵੀ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੀ ਵੀ ਕਰਦੇ ਹਾਂ ਜੇ ਹੁਣ ਵੀ ਮੈਨੂੰ ਕਿਤੇ ਮਿਲਦੇ ਨੇ ਤਾਂ ਆਪਾਂ ਗੋਡੀਆਂ ਥਲਾਕੇ ਮਿਲੀਦਾ ਕੋਈ ਕੜਤਨ ਮੇਰੇ ਮਨ 'ਚ ਤਾਂ ਹੈ ਨਹੀਂ ਹਾਂ ਔਰ ਮੈਂ ਵਿਸ਼ਵਾਸ ਕਰਦਾ ਵੀ ਰੱਖਣੀ ਵੀ ਨਹੀਂ ਚਾਹੀਦੀ ਇਹ ਗੱਲਾਂ ਬਿਲਕੁਲ ਗਲਤ ਨੇ ਹਾਂ ਹਾਂ ਮੈਂ ਇਲੈਕਸ਼ਨ ਲੜੀ ਐ ਇਲੈਕਸ਼ਨ ਦੌਰਾਨ ਵੀ ਜੇ ਅਸੀਂ ਕਿਤੇ ਇਕੱਠੇ ਹੁੰਦੇ ਸੀ ਮੈਂ ਉਹਨਾਂ ਦੇ ਗੋਡੀਆਂ ਥਲਾਕੇ ਮਿਲਦਾ ਸੀ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਮੈਂ ਵੀ ਔਰ ਮੇਰੇ ਨਾਲ ਜਿਹੜੇ ਮੇਰੇ ਸਪੋਰਟਰ ਸੀ ਹਾਂ ਹਾਂ ਕਿਸੇ ਨੇ ਵੀ ਉਹਨਾਂ ਦੇ ਪਰਿਵਾਰ ਦੇ ਖਿਲਾਫ ਇੱਕ ਸ਼ਬਦ ਵੀ ਅਸੀਂ ਆਪਣੇ ਮੂੰਹ 'ਚੋਂ ਨਹੀਂ ਕੱਢਿਆ ਔਰ ਦੂਸਰੀ ਗੱਲ ਇਲੈਕਸ਼ਨ ਲੜਨ ਦੀ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੰਨੇ ਲੋਕਾਂ ਦੇ ਜਜ਼ਬਾਤ ਦੇ ਨਾਲ ਮੈਂ ਖਲਵਾੜ ਨਹੀਂ ਸੀ ਕਰ ਸਕਦਾ ਔਰ ਅਸੀਂ ਇਹ ਗੱਲ ਹੈ ਜਿਹੜੀ ਮੇਰਾ ਖਿਆਲ ਹੈ 6 ਮਹੀਨੇ ਸਾਲ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਕੰਸਿਡਰ ਮੈਨੂੰ ਐਜ਼ ਅ ਕੈਂਡੀਡੇਟ ਵੀ ਵਿੱਚੋਂ ਕਈ ਵਾਰੀ ਕਰਦੇ ਸੀ ਤਾਂ ਉਦੋਂ ਤੋਂ ਹੀ ਮੇਰਾ ਖਿਆਲ ਹੈ ਸਾਰਿਆਂ ਨੂੰ ਪਤਾ ਸੀ ਵੀ ਹੋ ਸਕਦਾ ਮੈਂ ਇਲੈਕਸ਼ਨ ਲੜਾਂ ਅਸੀਂ ਉਗੇ ਸਮਾਜ ਸੇਵਕ ਸਤਵੀਰ ਸਿੰਘ ਖੱਟਰਾ ਜਿਹੜੇ ਨੌਜਵਾਨ ਆਗੂ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਸਟੂਡੀਓ 'ਚ ਬੈਠੇ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕਰੀਏ ਇਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਡੇ ਦਰਸ਼ਕਾਂ ਨਾਲ ਜਿਹੜੇ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਇਸ ਵੇਲੇ ਉਹ ਗੱਲ ਕਰਨਾ ਚਾਹੁੰਦੇ ਨੇ ਖੱਟਰਾ ਸਾਹਿਬ ਦੇ ਨਾਲ ਦੇਖਦੇ ਹਾਂ ਕੀ ਗੱਲ ਕਰਦੇ ਆ ਹੈਲੋ ਹੈਲੋ ਸਸੀ ਕਾ ਜੀ ਅਰਜਿੰਦਰ ਬੋਲ ਰਿਹਾ ਹਾਂ ਗੁਰੂ ਸਾਹਿਬ ਤੋਂ ਅਰਜਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਜਾਗੋ ਪੰਜਾਬ ਸ਼ੋਅ ਦੇ ਵਿੱਚ ਕੀ ਗੱਲ ਕਰਨੀ ਚਾਹੁੰਦੇ ਹੋ ਸਾਹਬ ਜਿਹੜਾ ਕੰਮ ਕਰ ਰਿਹਾ ਕੰਮ ਤਾਂ ਬਹੁਤ ਚੰਗਾ ਆ ਪਰ ਜਿਹੜੀ ਪ੍ਰਸ਼ਾਸਨ ਦੇ ਉੱਤੇ ਕਲਬਾ ਬਣ ਗਿਆ ਉਹ ਸਿਆਸਤਦਾਨਾਂ ਦਾ ਬਹੁਤ ਜ਼ਿਆਦਾ ਸਦੋਂ ਵੀ ਕੋਈ ਕੰਮ ਕਰਾਉਣਾ ਹੁੰਦਾ ਕਿਸੇ ਦਾ ਵੀ ਆਪਾਂ ਪ੍ਰਸ਼ਾਸਨ ਦੇ ਕੋਲ ਚਾਹੀਦਾ ਤੇ ਇਹ ਕਹਿੰਦੇ ਦੀ ਕਿ ਇਹ ਕਾਲਖਾਨ ਜਾਂ ਆਰਸੀ ਜਾਂ ਐਮਐਲਏ ਦਾ ਜਾਂ ਜਿਹੜੀ ਪਾਰਟੀ ਐਸਐਮ ਸਤਾਈ ਜੂ ਦਾ ਫੋਨ ਕਰਾਂ ਤੇ ਜਿਹੜਾ ਨਾ ਸੋਚਿਆ ਸਿਆਸਤ ਚਾਉਣ ਬਾਰੇ ਬਹੁਤ ਚੰਗੀ ਕਰ ਲਿਆ ਬਹੁਤ ਵਧੀਆ ਆ ਵੀ ਮਤਲਬ ਕਹਿੰਦਾ ਦੀ ਕਿਸੇ ਦੇ ਕੋਲ ਜਾਣ ਨਾਲ ਹੋਵੇ ਚੱਬੀਏ ਤਰਿਆ ਵੀ ਪਾਵਰ ਵੀ ਆਪਦੇ ਹੱਥ ਦੇ ਵਿੱਚ ਹੋਵੇ ਜੇ ਕਿਸਮਾ ਸੇਵਾ ਦਾ ਕੰਮ ਕਰਨਾ ਤੇ ਉਹਦੇ ਲਈ ਪਾਵਰ ਦਾ ਹੋਣਾ ਜ਼ਰੂਰੀ ਆ ਬਰਬਾਰੀ ਦੀ ਵਿਗਿਆਤੀ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਚੱਲ ਨਹੀਂ ਸਕਦਾ ਰਾਜ ਤੋਂ ਅਜਿਹਾ ਧਾਰਮਿਕ ਕੰਮ ਵੀ ਕਰਨਾ ਜਾਂ ਧਰਮ ਦਾ ਕੰਮ ਕਰਨਾ ਸਮਾਜ ਸੇਵਾ ਦਾ ਹੁੰਦੀ ਬਰਦੀ ਹਰਚਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਦਰਸ਼ਕ ਖਟਕਾ ਸਾਹਿਬ ਸਾਡੇ ਨਾਲ ਹੋਰ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰ ਲਈਏ ਦੇਖਦੇ ਹਾਂ ਕੀ ਗੱਲ ਕਰਦੇ ਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਮੇਰਾ ਨਾਮ ਸੰਦੀਪ ਸਿੰਘ ਹੈ ਸਰਦੇਸ ਸਿੰਘ ਹੈ ਜੀ ਪਿੰਡਾਂ ਕਸ਼ੂ ਤੋਂ ਬੋਲਦਾ ਜੀ ਮੈਂ ਹਾਂਜੀ ਸਮਸ਼ੀਰ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਹਾਂਜੀ ਆ ਸਤਵੀਰ ਸਿੰਘ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਗਲਸ਼ਾਂ ਦੇ ਖਿਲਾਫ ਆਇਆ ਨਾ ਕਿ ਜਿੰਨਾ ਤੋਂ ਕਰਾਲਾ ਨਾ ਤਾਂ ਹੁੰਦਾ ਕਰੀ ਜਾਂਦੇ ਨੇ ਤੇ ਪਰ ਗੱਲ ਇਹ ਆ ਜੀ ਆਪਾਂ ਅਸੀਂ ਵੀ ਬਹੁਤ ਜ਼ੋਰ ਲਾਉਨੇ ਆ ਸਟੇਜਾਂ ਤੇ ਬੋਲਦੇ ਆ ਪਰ ਇਹ ਨਸ਼ੇ ਸਰਕਾਰ ਬੰਦ ਕਰੇ ਫੇਰ ਹੀ ਹੋ ਸਕਦੇ ਐ ਇੱਕ ਪਾਸੇ ਆਪਾਂ ਤਾਂ ਜ਼ੋਰ ਲਾਉਨੇ ਜੀ ਨਸ਼ੇ ਬੰਦ ਕਰਨ ਨੂੰ ਦੂਜੇ ਪਾਸੇ ਪਿੰਡਾਂ ਦੇ ਵਿੱਚ ਉਹਨਾਂ ਸਕੂਲ ਨਹੀਂ ਹੈਗੇ ਜਿੰਨੇ ਨਾਲ ਇਹ ਠੇਕੇ ਹੋ ਰੱਖੇ ਆ ਜੀ ਆਨੇ ਪਿੰਡ ਦੇ ਵਿੱਚ ਹੀ ਭੁੱਕੀ ਟੱਕੜੀ ਲਾ ਕੇ ਬੈਠ ਗਿਆ ਕਿਤੇ ਮੰਤਰੀ ਹੀ ਰਿਹਾ ਜਿਹੜੇ ਨੂੰ ਫੜ ਦੇਣੀ ਸੀ ਬਥੇੜਾ ਐਸਐਸਪੀ ਨੂੰ ਵੀ ਕਹੇ ਤਾਂ ਵੀ ਫੜੋ ਇਹਨਾਂ ਨੂੰ ਆ ਕੇ ਕੋਈ ਨਹੀਂ ਫੜਦਾ ਐਸੀ ਮੇਰੇ ਨਾਲ ਜੀ 1 ਲੱਖ ਤੇ 1 ਕਰੋੜ ਦੇ 24 ਕਰੋੜ ਦੀ ਰੇਜ ਹੁੰਦੀ ਆ ਪਰ ਮਾੜਾ ਬੰਦਾ ਤਾਂ ਉਹ ਹਿਾਰੇ ਹੀ ਸਕਦਾ ਟੱਕੜਿਆਂ ਤੋਂ ਹੀ ਜੰਦਾ ਰਹੀ ਹੈ ਅਕ ਕਿਤੇ ਨਾ ਕਿਤੇ ਸਾਡੀਆਂ ਸਾਡੀਆਂ ਸਰਕਾਰਾਂ ਨੂੰ ਜਿਹੜਾ ਹੈਗਾ ਉਹ ਸੋਚਣਾ ਚਾਹੀਦਾ ਇਸ ਪਾਸੇ ਬਿਲਕੁਲ ਗੰਭੀਰਤਾ ਦੇ ਨਾਲ ਇਸ ਮਸਲੇ ਤੇ ਵਿਚਾਰ ਕਰਨੀ ਚਾਹੀਦੀ ਹੈ ਸਾਡੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਅ ਸਮਸ਼ੇਰ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਫੋਨ ਲਾਈਨ ਤੇ ਗੱਲਬਾਤ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅ ਗੁਰੂ ਹਰਸਹਾਇ ਤੋਂ ਸਿਗੇ ਹਰਜਿੰਦਰ ਸਿੰਘ ਜਿਨ੍ਹਾਂ ਨੇ ਤੁਹਾਡੀ ਕੰਮ ਦੀ ਤਾਰੀਫ ਕੀਤੀ ਅਤੇ ਨਾਲ ਹੀ ਕਿਹਾ ਕਿ ਜਿਹੜਾ ਸਿਆਸੀ ਗਲਬਾ ਜਿਹੜਾ ਹੈਗਾ ਇਹ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਇਹ ਕਿਤਨਾ ਕਿਤੇ ਰੁਕਾਵਟ ਬਣਦਾ ਨਹੀਂ ਦੇਖੋ ਰੁਕਾਵਟ ਤਾਂ ਇਹ ਬਣਦਾ ਬਟ ਜਿਹੜੇ ਸਿਆਸੀ ਲੋਕ ਨੇ ਇਹ ਟਰੂ ਰਿਪਰੈਜ਼ੈਂਟੇਸ਼ਨ ਨੇ ਬੰਦਿਆਂ ਦੀ ਜਿਹੜੀ ਲੋਕਾਂ ਦੀ ਸਮਾਜ ਦੀ ਹੂੰ ਹੂੰ ਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਨੇ ਮੰਨਣਾ ਇੱਕ ਉਹਨਾਂ ਲਈ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਆਵਾਜ਼ ਨੇ ਜੇ ਸਾਡੇ ਇਲਾਕੇ ਦੇ ਕੋਈ ਐਮਐਲਏ ਨੇ ਤਾਂ ਜਿਆਦਾ ਲੋਕਾਂ ਜਿਆਦਾ ਪਰਸੈਂਟੇਜ ਲੋਕਾਂ ਨੇ ਉਹਨਾਂ 'ਚ ਆਪਣਾ ਵਿਸ਼ਵਾਸ ਜਤਾਇਆ ਹੂੰ ਹੂੰ ਉਹਨਾਂ ਨੂੰ ਸਰਕਾਰ ਦੀ ਸਰਕਾਰ ਮਤਲਬ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਉਸ ਦੀ ਉਸ ਬੰਦੇ ਦੀ ਜਾਂ ਉਸ ਰਿਪ੍ਰੈਜ਼ੈਂਟੇਟਿਵ ਦੀ ਗੱਲ ਨੂੰ ਮੰਨਣਾ ਤਾਂ ਜ਼ਰੂਰੀ ਹੈ ਹੂੰ ਹੂੰ ਬਟ ਇੱਕ ਜ਼ਰੂਰ ਹੈ ਵੀ ਸਾਨੂੰ ਜਿਹੜੇ ਅਸੀਂ ਅੱਗੇ ਲੱਗੇ ਹੋਏ ਹਾਂ ਮੋਢੀ ਆ ਜਿਵੇਂ 20000 ਬੰਦਿਆਂ ਨੇ ਮੇਰੇ 'ਚ ਵਿਸ਼ਵਾਸ ਜਤਾਇਆ ਹੂੰ ਹੂੰ ਸਾਨੂੰ ਕਿਹੜੀ ਗੱਲ ਕਰਨੀ ਚਾਹੀਦੀ ਹੈ ਜਾਂ ਲੋਕਾਂ ਦੇ ਹੱਕ ਦੀ ਜਾਂ ਕਿਵੇਂ ਸਾਂਝੀ ਗੱਲ ਜਿਹਦੇ ਵਿੱਚ ਕੋਈ ਧੜੇਬੰਦੀ ਨਾ ਬਣ ਸਕੇ ਸਾਡੇ ਜਿਹੜੇ ਫਰਜ਼ ਨੇ ਇਹ ਅਸੀਂ ਵੀ ਸਮਝਦੇ ਆਂ ਔਰ ਮੈਂ ਇਹ ਸਮਝਦਾ ਵੀ ਮੈਂ ਆਪਣੇ ਤੋਂ ਵੱਡਿਆਂ ਨੂੰ ਤਾਂ ਨਹੀਂ ਕਹਿਣਾ ਚਾਹੁੰਦਾ ਆਪਣੇ ਬਰਾਬਰ ਦੇਆਂ ਨੂੰ ਕਹਿਣਾ ਵੀ ਆਪਾਂ ਇਹ ਜਿਹੜੇ ਫਰਜ਼ ਨੇ ਇਹਨਾਂ ਨੂੰ ਸਮਝਦੇ ਹੋਏ ਧੜੇਬੰਦੀ ਤੋਂ ਪਰਾਂ ਹੋ ਕੇ ਇੱਕ ਸਾਂਝੀ ਜਾਂ ਜਿਹੜੀ ਸਾਰਿਆਂ ਨੂੰ ਅਸੈਪਟੇਬਲ ਜੀ ਗੱਲ ਹੋਵੇ ਆਪਾਂ ਉਹ ਗੱਲ ਅੱਗੇ ਰੱਖਿਆ ਕਰੀਏ ਔਰ ਨਾ ਕਿ ਕਿਸੇ ਨੂੰ ਵੀ ਇਹਨੇ ਮੈਨੂੰ ਵੋਟ ਨਹੀਂ ਪਾਈ ਤਾ ਇਹਦੇ ਆਪਾਂ ਖਿਲਾਫ ਚੱਲਣਾ ਉਹ ਗੱਲਾਂ ਬਿਲਕੁਲ ਗਲਤ ਨੇ ਅਗਲੀ ਆਪਾਂ ਕੋਸ਼ਿਸ਼ ਕਰੀਗੀਆਂ ਅਗਲੀ ਵਾਰ ਅੱਜਕੱਲ ਇਸ ਤਰ੍ਹਾਂ ਜਿਵੇਂ ਦੀ ਤੁਸੀਂ ਗੱਲ ਕਰਦੇ ਹੋ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਹੈਗੀ ਉਸੇ ਤਰ੍ਹਾਂ ਦੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਧੜੇਬੰਦੀਆਂ ਜ਼ਿਆਦਾ ਕਰਵਾਈਆਂ ਜਾਂਦੀਆਂ ਨੇ ਇੱਕ ਧੜੇ ਦਾ ਪੱਖ ਲਿਆ ਜਾਂਦਾ ਜਿਹੜਾ ਉਹੀ ਗੱਲ ਹੈ ਵੋਟਾਂ ਦਾ ਚੱਕਰ ਆ ਜਾਂਦਾ ਸਾਰਾ ਹੈਨਾ ਤੇ ਤੁਸੀਂ ਜਿਹੜੀ ਗੱਲ ਕਰਦੇ ਹੋ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੇ ਮੈਨੂੰ ਲੱਗਦਾ ਵੀ ਐਤਾ ਹੀ ਸਾਰੇ ਕਿਤੇ ਹੋਣਾ ਚਾਹੀਦਾ ਹੈ ਹੈਨਾ ਸਾਡੇ ਨਾਲ ਇੱਕ ਦਰਸ਼ਕ ਜੁੜੇ ਹੋਏ ਨੇ ਫੋਨ ਲਾਈਨ ਤੇ ਆਪਾਂ ਦੇਖਦੇ ਹਾਂ ਕੀ ਗੱਲ ਕਰਦੇ ਆ ਉਹ ਹੈਲੋ ਰਾਈਟ ਸਸੀ ਕਾਲ ਜੀ ਹੈਲੋ ਸਸੀ ਕਾਲ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਸੀ ਕਾਲ ਜੀ ਮੈਂ ਕਵਲਜੀਤ ਸਿੰਘ ਬੋਲ ਰਿਹਾ ਜੀ ਹਾਂਗਕਾਂ ਤੋਂ ਹਾਂਗਕਾਂਗ ਤੋਂ ਬੋਲ ਰਿਹਾ ਜੀ ਕਵਲਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਗੱਲ ਕਰਨੀ ਚਾਹੁੰਦੇ ਹੋ ਹੁਕਮ ਕਰੋ ਹਾਂ ਜੀ ਮੈਂ ਕਹਿੰਦਾ ਬਹੁਤ ਵਧੀਆ ਤੁਸੀਂ ਵਿਸ਼ਾ ਲੈ ਕੇ ਆਏ ਬੜਾ ਇੰਪੋਰਟੈਂਟ ਹੈ ਸਾਡੇ ਪੰਜਾਬ ਲਈ ਹਾਂ ਜੀ ਤੋਂ ਮੇਨ ਗੱਲ ਰਗੜਾ ਸਾਹਿਬ ਨੂੰ ਵੀ ਬੇਨਤੀ ਹੈ ਤੇ ਤੁਹਾਡਾ ਵੀ ਬੜਾ ਧੰਨਵਾਦ ਜਿਹੜੇ ਤੁਸੀਂ ਲੋਕਾਂ ਦੀ ਕਾਲ ਅਟੈਚ ਕਰਕੇ ਲੋਕਾਂ ਦੀ ਮੁਸ਼ਕਲਾ ਸੁਣਦੇ ਜੀ ਮੇਰੇ 1 ਮਿੰਟ ਦੀ ਬੇਨਤੀ ਹੈ ਬਸ ਜੀ ਹਾਂਜੀ ਹਾਂ ਗੱਲ ਕਰੋ ਤੁਸੀਂ ਜਿਹੜਾ ਇਹ ਸਾਡੇ ਬਹੁਤ ਮੁਸ਼ਕਲ ਬਣ ਚੁੱਕੀ ਹੈ ਲੋਕ ਸਿਆਸਤਦਾਨ ਖੁਦ ਨਸ਼ਾ ਵੇਚ ਰਿਆ ਮੈਂ ਤਰਨਤਾਰ ਡਿਸਟ੍ਰਿਕਟ ਨੂੰ ਬਿਲੋਂਗ ਕਰ ਰਿਆ ਹਾਂ ਪੰਜਾਬ ਤੋਂ ਤੇ ਸਾਡੇ ਲੋਕ ਉੱਥੇ ਖੁਦ ਨਸ਼ਾ ਵੇਚ ਰਿਆ ਹੈ ਹੈਲੋ ਹਾਂਜੀ ਹਾਂ ਗੱਲ ਕਰਦੇ ਰਹੋ ਤੁਸੀਂ ਹਾਂਜੀ ਤੇ ਸਾਡੇ ਨੰਬਰ 2 ਜਿਹੜਾ ਇਹ ਲਹਿਰ ਇਹਨਾਂ ਨੇ ਚੱਤੀ ਹੈ ਬੜਾ ਚੰਗੀ ਗੱਲ ਆ ਤੇ ਸਾਡੇ ਪਹਿਲਾਂ ਸਾਡੇ ਸਿਆਸਤਦਾਨਾਂ ਨੂੰ ਢੱਕਣ ਨਸ਼ਾ ਵੇਚਣ ਤੋਂ ਅਸੀਂ ਐਸਐਸਪੀ ਤਰਨਤਾਰ ਨੂੰ ਇੱਥੋਂ ਦੀ ਸਾਰੀ ਹੋਂਦੋਂ ਦੀ ਸਿਕਿਉਰਿਟੀ ਨੂੰ ਲੈਟਰਾਂ ਲਿਖ ਚੁੱਕੇ ਆ ਉਹਨੇ ਸਾਨੂੰ ਤਿੰਨ ਲੈਟਰਾਂ ਤੇ ਕੋਈ ਜਵਾਬ ਨਹੀਂ ਦਿੱਤਾ ਹੁਣ ਐਸਐਸਪੀ ਦਾ ਜਵਾਬ ਆਇਆ ਸੀਗਾ ਕਿ ਮੈਂ ਜਿਹੜਾ ਵੀ ਬੰਦਾ ਫੜਦਾ ਮੈਨੂੰ ਕਦੀ ਐਮਐਲਏ ਦਾ ਫੋਨ ਆਇਂਦਾ ਕਦੀ ਮੰਤਰੀ ਦਾ ਫੋਨ ਆਇਂਦਾ ਵੀ ਸਾਡਾ ਬੰਦਾ ਛੱਡ ਦੇ ਇਹ ਸਾਡਾ ਬੰਦਾ ਆ ਜਿੰਨਾ ਚਿਰ ਸਿਆਸਤਦਾਨ ਇਹਦੇ ਵਿੱਚ ਇਨਵੋਲਵ ਹੋਣਾ ਨਹੀਂ ਛੱਡਦੇ ਉਹਨਾਂ ਚਿਰ ਨਸ਼ਾ ਨਹੀਂ ਬੰਦ ਹੋਣਾ ਨੰਬਰ 2 ਜਿੰਨਾ ਚਿਰ ਤੁਸੀਂ ਆ ਜਿਹੜੀ ਬੂਟੇ ਲਗਾ ਰਹੇ ਜੀਤ ਹਰੀਆਲ ਵੀ ਲਹਿਰ ਜਾਂ ਕੋਈ ਵੀ ਬੰਦਾ ਇਹ ਕਦਮ ਚੁੱਕ ਰਿਹਾ ਵਾ ਇਹ ਬੂਟੇ ਲਗਾਉਣੇ ਫਰਜ਼ ਨਹੀਂ ਬੂਟਿਆਂ ਨੂੰ ਪਾਲਣਾ ਫਰਜ਼ ਬੰਦਾ ਬਹੁਤ ਕਮਲ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਿਲਕੁਲ ਕਮਲਜੀਤ ਜੀ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹੁੰਨਾ ਦੇਖੋ ਮੈਂ ਇਡਾ ਵੱਡਾ ਲੀਡਰ ਤਾਂ ਹੈ ਨਹੀਂ ਵੀ ਸਾਰੇ ਪੰਜਾਬ ਦਾ ਮੈਂ ਜਵਾਬ ਦੇ ਸਕਾਂ ਪਰ ਇਨਾ ਜ਼ਰੂਰ ਹੈ ਜਿੱਥੇ ਮੈਂ ਬੈਠਾ ਮੈਂ ਉੱਥੇ ਦਾ ਜ਼ਿੰਮੇਵਾਰ ਵੀ ਹਾਂ ਹੂੰ ਹੂੰ ਪਟਿਆਲੇ ਜਿੱਥੇ ਅਸੀਂ ਰਹਿੰਦੇ ਆ ਜਿੱਥੇ ਅਸੀਂ ਦੇਖਦੇ ਆ ਜਾਂ ਸੁਸਾਇਟੀ ਚਲਾਉਂਦੇ ਆ ਉੱਥੇ ਕੋਸ਼ਿਸ਼ ਕਰੀਦਾ ਵੀ ਨਾ ਤਾਂ ਅਸੀਂ ਆਪਣੇ ਵੱਲੋਂ ਤੇ ਭਾਵੇਂ ਕੋਈ ਲੀਡਰ ਸਾਡੇ ਨਾਲ ਬਣਦੀ ਹੈ ਨਹੀਂ ਬਣਦੀ ਅਸੀਂ ਕੋਸ਼ਿਸ਼ ਕਰਕੇ ਉਹਨੂੰ ਵੀ ਇਸ ਕੰਮ ਦੇ ਵਿੱਚ ਪੈਣ ਨਹੀਂ ਦੇਣਾ ਚਾਹੁੰਦੇ ਔਰ ਆਵਾਜ਼ ਉਠਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਸੀਂ ਇਸ ਆਵਾਜ਼ ਦੇ ਨਾਲ ਖੜੇ ਵੀ ਆ ਤੇ ਜੇ ਸਾਡੇ 'ਚ ਕੋਈ ਨੁਕਸ ਹੈ ਤਾਂ ਅਸੀਂ ਉਹਦੇ ਜ਼ਿੰਮੇਵਾਰਾਂ ਜੇ ਪਟਿਆਲੇ 'ਚ ਕੋਈ ਸਾਡੇ ਖਿਲਾਫ ਅਜਿਹੀ ਗੱਲ ਕਰੇ ਤਾਂ ਮੈਂ ਇੱਥੇ ਬੈਠਾ ਤੁਹਾਡੇ ਸਾਰਿਆਂ ਸਾਹਮਣੇ ਆਵਾਜ਼ ਵੀ ਤੁਹਾਡੀ ਜਿੰਨੇ ਤੁਹਾਡੇ ਤਕਲੀਫਾਂ ਨੇ ਜਾਂ ਤੁਸੀਂ ਤਕਲੀਫ ਮੰਨਦੇ ਹੋ ਤੁਹਾਡੇ ਪੰਜਾਬ ਦੀ ਤਾਂ ਉਹ ਵੀ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਔਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਬੂਟੇ ਪਾਲਣ ਦੀ ਹਾਂਜੀ ਬਹੁਤ ਚੰਗੀ ਗੱਲ ਹੈ ਸਮੇਂ ਦੀ ਲੋੜ ਹੈ ਔਰ ਜਿੱਥੇ ਅਸੀਂ ਬੂਟੇ ਲਾਉਨੇ ਆ ਉੱਥੇ ਅਸੀਂ ਇੱਕ ਸਾਡੇ ਨਾਲ ਸੋਸਾਇਟੀ ਜੁੜੀ ਹੋਈ ਆ ਪਰਿਆਵਰਣ ਵੈਲਫੇਅਰ ਸੋਸਾਇਟੀ ਠੀਕ ਹੈ ਜੀ ਉਹ ਸਾਡੀ ਸੋਸਾਇਟੀ ਦੇ ਨਾਲ ਜੁੜੀ ਹੋਈ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਔਖੇ ਸੌਖੇ ਸਮੇਂ ਖੜਦੇ ਆ ਜਿਹੜੀ ਵੀ ਚੀਜ਼ ਦੀ ਲੋੜ ਆ ਮੁਹੱਈਆ ਕਰਵਾਉਨੇ ਆ ਉਹਨਾਂ ਨੂੰ ਅਸੀਂ ਕੰਮ ਹੀ ਇਹ ਲਾਇਆ ਹੋਇਆ ਹੈ ਵੀ ਬੂਟੇ ਅਸੀਂ ਜਿਹੜੇ ਵੀ ਲਾਉਨੇ ਆ ਉਹਨਾਂ ਦਾ ਕੰਮ ਹੈ ਪਾਲਣਾ ਧਿਆਨ ਰੱਖਣਾ ਉਹਨਾਂ ਦਾ ਸਾਂਭ ਸੰਭਾਲ ਉੱਥਾ ਪਰ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਹਮ ਹਮ ਸਾਰੇ ਵਧੀਆ ਪੜ੍ਹੇ ਲਿਖੇ ਚੰਗੇ ਘਰੋਂ ਬੱਚੇ ਨੇ ਹਮ ਹਮ ਹਰ ਹਫਤੇ ਉਹਨਾਂ ਨੂੰ ਇੱਕ ਪਾਣੀ ਦਾ ਟੈਂਕਰ ਵੀ ਅਸੀਂ ਲੈ ਕੇ ਦਿੱਤਾ ਹ ਹ ਹ ਹਰ ਹਫਤੇ ਉਹ ਗੋਡੀ ਵੀ ਕਰਦੇ ਨੇ ਪਾਣੀ ਵੀ ਦੇ ਕੇ ਆਉਂਦੇ ਨੇ ਜਦ ਤੱਕ ਬੂਟੇ ਆਪਣੇ ਆਪ ਜੋਗੇ ਨਹੀਂ ਹੋ ਜਾਂਦੇ ਉਹਨਾਂ ਨੇ ਸਾਰਾ ਰਿਕਾਰਡ ਮੈਂਟੇਨ ਕੀਤਾ ਹੋਇਆ ਵੈਰੀ ਗੁੱਡ ਮਤਲਬ ਸਾਡੇ ਕੋਲ ਜਿਹੜੀ ਕੰਮ ਅਸੀਂ ਕਰਦੇ ਹਾਂ ਸਸੀਂ ਉਹਦੇ ਜਵਾਬਦੇ ਵੀ ਆ ਸਾਡੇ ਨਾਲ ਇੱਕ ਹੋਰ ਦਰਸ਼ਕ ਨੇ ਜਿਹੜੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਇਸ ਵੇਲੇ ਹੈਲੋ ਹੈਲੋ ਮੈਂ ਲੋਕਡਾਊਨ ਇੰਸਾਰ ਨਹੀਂ ਕਰ ਸਕੇ ਸੋ ਆਪਾਂ ਦੁਬਾਰਾ ਉੱਥੇ ਆਉਣੇ ਕਿ ਕਾਫੀ ਤੁਸੀਂ ਕੰਮ ਕਰ ਕਿਤੇ ਨੇ ਫਿਰ ਤੁਸੀਂ ਸਿਆਸਤ ਦੇ ਵਿੱਚ ਵੀ ਆਏ ਅਸੀਂ ਜਦੋਂ ਨਿਊਜ਼ ਰੂਮ ਚ ਜਦੋਂ ਚੋਣ ਨਤੀਜੇ ਦੇਖ ਰਹੇ ਸਾਂ ਤਾਂ ਇੱਕ ਟਾਈਮ ਅਜਿਹਾ ਆਇਆ ਸੀ ਤੁਸੀਂ ਪਹਿਲੇ 5 6 ਗੇਟ ਦੇ ਵਿੱਚ ਲੀਡ ਕਰ ਰਹੇ ਸੀ ਆਪਣੇ ਦੋਵੇਂ ਜਿਹੜੇ ਵਿਰੋਧੀ ਸਨ ਬੀਬੀ ਕੁਲਦੀਪ ਕੌਰ ਟੋੜਾ ਤੋਂ ਵੀ ਤੇ ਬ੍ਰਹਮੇਂਦਰਾ ਤੋਂ ਵੀ ਤੇ ਉਸ ਵੇਲੇ ਤੁਹਾਨੂੰ ਕੁਝ ਅਹਿਸਾਸ ਹੋ ਰਿਹਾ ਸੀ ਜਿੱਤ ਦਾ ਨਹੀਂ ਜਿੱਤ ਦਾ ਅਹਿਸਾਸ ਤਾਂ ਨਹੀਂ ਦੇਖੋ ਹਰੇਕ ਬੰਦੇ ਨੂੰ ਆਪਣੇ ਆਪ ਦਾ ਪਤਾ ਹੁੰਦਾ ਹਾਂ ਜੇ ਉਹ ਅਸੀਂ ਇਲੈਕਸ਼ਨ ਲੜ ਰਹੇ ਸੀ ਸਾਨੂੰ ਪਤਾ ਸੀ ਵੀ ਜਿੱਤ ਹਲੇ ਬਹੁਤ ਦੂਰ ਹੈ ਔਰ ਅਸੀਂ ਇਸ ਫੀਲਡ ਦੇ ਵਿੱਚ ਨਵੇਂ ਸੀ ਇਲੈਕਸ਼ਨ ਲੜਨੀ ਜ਼ਰੂਰੀ ਇਸ ਲਈ ਸੀ ਇੱਕ ਤਾਂ ਸਾਡੇ ਸਾਡਾ ਪਰਿਵਾਰ ਜਾਂ ਪਰਿਵਾਰ ਵੱਲੋਂ ਜਾਂ ਫਾਸਾ ਵੱਲੋਂ ਜਿਵੇਂ ਨੌਕਰੀ ਪੇਸ਼ੇ ਵਾਲੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਸਿਆਸਤ ਦੇ ਵਿੱਚ ਜਾਣਾ ਬਹੁਤ ਇੱਕਦਮ ਡਿਫਰੈਂਟ ਸਿਨੈਰੀਓ ਬਣ ਜਾਂਦਾ ਹੈ ਹਾਂ ਔਰ ਅਸੀਂ ਕਾਫੀ ਕੁਝ ਸਿੱਖਣਾ ਸੀ ਵੀ ਕਿਵੇਂ ਇਲੈਕਸ਼ਨ ਲੜੀਆਂ ਜਾਂਦੀਆਂ ਨੇ ਕੀ ਕੀ ਸਾਨੂੰ ਔਖਾਈਆਂ ਕੀ ਕੀ ਆਈਆਂ ਨੇ ਔਰ ਕਿਹੜੇ ਬੰਦੇ ਸਾਡੇ ਨਾਲ ਖੜਦੇ ਨੇ ਜਿਹੜੇ ਪ੍ਰੋਮਿਸ ਕਰਦੇ ਸੀ ਉਹ ਖੜਦੇ ਵੀ ਨਹੀਂ ਕਿ ਨਹੀਂ ਖੜਦੇ ਕਈ ਗੱਲਾਂ ਸਿਗੀਆਂ ਬਟ ਅਸੀਂ ਇੱਕ ਜ਼ਰੂਰ ਆਪਣਾ ਮਨ ਬਣਾ ਲਿਆ ਸੀ ਵੀ ਇਹ ਸਾਡਾ ਐਂਟ੍ਰੈਂਸ ਐਗਜ਼ਾਮ ਹੈ। ਹਾਂ ਬਿਲਕੁਲ ਜਿਹੜੀ ਇਲੈਕਸ਼ਨ ਲੜਨੀ ਹੈ ਇਹ ਸਾਡਾ ਪੋਲਿਟਿਕਸ ਦੇ ਵਿੱਚ ਆਉਣ ਵਾਸਤੇ ਇੱਕ ਐਂਟ੍ਰੈਂਸ ਐਗਜ਼ਾਮ ਹੈ। ਪਰ ਉਸ ਦੇ باوجود ਉਹਦੇ ਲਈ ਸਾਸਿ ਇੱਕ ਬੈਰੀਅਰ ਦੋ ਰੱਖੇ ਸੀ। ਇੱਕ ਤਾਂ 10000 ਵੋਟਸ ਦਾ ਇੱਕ 20000 ਵੋਟ 10000 ਵੋਟ ਵਾਲਾ ਬੈਰੀਅਰ ਸੀ ਵੀ ਅਸੀਂ ਉਸ ਤੋਂ ਬਾਅਦ ਸਮਾਜ ਸੇਵੀ ਕੰਮ ਤਾਂ ਇਸੇ ਤਰ੍ਹਾਂ ਜਾਰੀ ਰਹਿਣੀ ਰਹਿਣ ਨੂੰ ਤਾਂ ਜਿਵੇਂ ਸੁਸਾਇਟੀ ਚੱਲਦੀ ਆ ਉਵੇਂ ਚੱਲਣੀ ਹੈ ਕਿਉਂ ਸਾਡੀ ਸੁਸਾਇਟੀ ਦੇ ਵਿੱਚ ਦੇਖੋ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਵੋਟ ਕਾਂਗਰਸ ਨੂੰ ਪਾਈ ਹੈ ਹੂੰ 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 ਕਈ ਇਹ ਜਿਹੇ ਵੀ ਨੇ ਕੱਟੜ ਸੀਗੇ ਸਾਡੇ ਨਾਲ ਹੁਣ ਵੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਵੀ ਆਪਣੇ ਸਟੈਂਡ ਦੇ ਖੜੇ ਨੇ ਉਹਨਾਂ ਨੇ ਤਕਰੀ ਤੋਂ ਬਿਨਾਂ ਕਦੇ ਵੋਟ ਪਾਈ ਨਹੀਂ ਅਸੀਂ ਉਹਨਾਂ ਨੂੰ ਅਲਾਉ ਕੀਤਾ ਵੀ ਕੋਈ ਗੱਲ ਨਹੀਂ ਤੁਸੀਂ ਪੰਥ ਦੇ ਨਾਲ ਖੜੇ ਹੋ ਤਕਰੀ ਤੇ ਵੋਟ ਪਾਉਣੀ ਹੈ ਤੁਸੀਂ ਉਹਨਾਂ ਨੂੰ ਪਾਓ ਅਸੀਂ ਤਾਂ ਆਪਣੀ ਇੱਕ ਸੋਚ ਲੈ ਕੇ ਚੱਲੇ ਆਂ ਵੀ ਸਾਡੀ ਸੋਚ ਦੇ ਨਾਲ ਕਿੰਨੇ ਕ ਬੰਦੇ ਅੱਗੇ ਆਉਂਦੇ ਨੇ ਔਰ ਇੱਕ ਸਾਡਾ ਅਸੀਂ 20 ਉਏ ਸੀ ਵੀ ਜੇ ਅਸੀਂ 20000 ਕ੍ਰਾਸ ਕਰ ਦਿਆਂ ਤਾਂ ਅਸੀਂ ਇੱਕ ਪੋਲੀਟਿਸ਼ੀਨ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲਓ ਇਸਟੈਬਲਿਸ਼ ਕਰਨ ਲਈ ਕਹਿ ਸਕਦੇ ਆਂ ਵੀ ਹਾਂ ਸਾਡੇ ਨਾਲ 20000 ਬੰਦਾ ਖੜਾ ਹੈ ਸੋ ਬੜਾ ਜ਼ਰੂਰੀ ਸੀ ਇਲੈਕਸ਼ਨ ਲੜਨੀ ਤੇ ਪਰ ਸਾਨੂੰ ਪਤਾ ਸੀ ਵੀ ਅਸੀਂ 2025 ਦੇ ਵਿੱਚ ਆਪਣੇ ਆਪ ਨੂੰ ਅਸੀਂ ਐਕਸਪੈਕਟ ਕਰਦੇ ਸੀ ਤੁਹਾਡੇ ਫਾਦਰ ਸਾਹਿਬ ਦਾ ਕਿੰਨਾ ਕਿ ਯੋਗਦਾਨ ਰਿਹਾ ਤੁਹਾਡੇ ਇਸ ਕੈਰੀਅਰ ਦੇ ਲਈ ਦੇਖੋ ਕਿੰਨਾ ਕੁ ਫਾਇਦੇਮੰਦ ਰਿਹਾ ਹਰੇਕ ਬਟ ਮੈਂ ਤਾਂ ਇਹ ਸੋਚਦਾ ਵੀ ਹਰੇਕ ਨੌਜਵਾਨ ਪਿੱਛੇ ਉਹਦੀ ਫੈਮਿਲੀ ਦਾ ਜਾਂ ਉਹਦੇ ਪੇਰੈਂਟਸ ਉਹਦੇ ਫਾਦਰ ਮਦਰ ਉਹਨਾਂ ਕੀ ਸਿਖਾਉਂਦੇ ਨੇ ਉਹ ਬੜਾ ਇਹ ਬੜੀ ਵੱਡੀ ਅਹਿਮੀਅਤ ਰੱਖਦਾ ਔਰ ਉਹਨਾਂ ਨੇ ਜੋ ਮੈਨੂੰ ਹੈਲਪ ਕੀਤੀ ਮੈਂ ਕਹਿ ਸਕਦਾ ਵੀ ਮੈਨੂੰ ਜੋ ਕੁਝ ਦੱਸਿਆ ਜੋ ਸਿਖਾਇਆ ਵੀ ਆਪਾਂ ਸਾਰਿਆਂ ਦੀ ਇੱਜ਼ਤ ਕਰਨੀ ਹੈ ਰਿਸਪੈਕਟ ਕਰਨੀ ਹੈ ਕਿਸੇ ਦੇ ਖਿਲਾਫ ਨਹੀਂ ਬੋਲਣਾ ਇਹਨੇ ਮੈਨੂੰ ਬਹੁਤ ਪੇ ਕੀਤਾ ਬਟ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀ ਜਾਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਸਾਰੇ ਇਲੈਕਸ਼ਨ ਦੇ ਮਹੀਨੇ ਮੇਰਾ ਖਿਆਲ ਹੈ ਵੀ ਇੱਕ ਦਿਨ ਸਾਡੀ ਆਪਸ ਵਿੱਚ ਗੱਲ ਹੋਈ ਹੈ ਔਰ ਉਹ ਵੀ ਮੇਰੇ ਬੇਟੇ ਦੀ ਲੋਹੜੀ ਸੀ ਉਸ ਦਿਨ ਲੈ ਕੇੰਦੇ ਵਿੱਚ ਤਾਂ ਉਸ ਦਿਨ ਸਾਡੀ ਗੱਲ ਹੋਈ ਸੀ ਉਸ ਤੋਂ ਬਿਨਾਂ ਨਾਸੀਂ ਮਿਲੇ ਸੀ ਕਿਉਂਕਿ ਮਿਲ ਸਕਦੇ ਵੀ ਨਹੀਂ ਸੀ ਉਹਨਾਂ ਦੀ ਡਿਊਟੀ ਸੀ ਤਾਂ ਉਹਨਾਂ ਨੂੰ ਮੇਰਾ ਖਿਆਲ ਹੈ ਇੱਥੋਂ ਫਤਿਹਗੜ੍ਹ ਸਾਹਿਬ ਪਹਿਲਾਂ ਐਸਐਸਪੀ ਸੀ ਇੱਥੋਂ ਉਹਨਾਂ ਦੀ ਤਬਾਦਲੇ ਤੇ ਉਹਨਾਂ ਨੂੰ ਜਲੰਧਰ ਭੇਜ ਦਿੱਤਾ ਗਿਆ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਆਪਣੇ ਨਾਰਮਸ ਨੇ ਉਹ ਫਾਲੋ ਕਰਨੇ ਪੈਂਦੇ ਨੇ ਤਾਂ ਸਾਡੀ ਇਲੈਕਸ਼ਨ ਦੌਰਾਨ ਤਾਂ ਨਹੀਂ ਕੋਈ ਗੱਲ ਹੋਈ ਜੋ ਕੁਝ ਉਹਨਾਂ ਨੇ ਦੱਸਿਆ ਸੀ ਜਾਂ ਜੋ ਉਹਨਾਂ ਨੂੰ ਮੈਨੂੰ ਨਹੀਂ ਸੀ ਤਾਂ ਦਿੱਤੀਆਂ ਸੀ ਉਹ ਪਹਿਲਾਂ ਹੀ ਦਿੱਤੀਆਂ ਹੋਈਆਂ ਸੀ ਤਾਂ ਆਪਾਂ ਉਹਨਾਂ ਨੂੰ ਫਾਲੋ ਕਰਕੇ ਸਾਰੀ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ ਕਿ ਮੇਰੇ ਮਦਰ ਨੇ ਜਾਂ ਮੇਰੇ ਵਾਈਫ ਨੇ ਉਹਨਾਂ ਨੇ ਜਰੂਰ ਜਿਹੜੀ ਲੇਡੀਆਂ ਦੀ ਆਪ ਵੋਟ ਹੁੰਦੀ ਹੈ ਉਹਨਾਂ ਨੇ ਪੱਜਨੱਠ ਜਰੂਰ ਮੇਰੇ ਨਾਲ ਕੀਤੀ ਹੈ ਤਾਂ ਮੇਰੇ ਫਾਦਰ ਸਾਹਿਬ ਨਹੀਂ ਉੱਥੇ ਪਟਿਆਲੇ ਨਹੀਂ ਆ ਸਕੀ ਆਮ ਜ਼ਿੰਦਗੀ ਦੇ ਵਿੱਚ ਵਿਚਰਨਾ ਇੱਕ ਸਮਾਜ ਸੇਵਕ ਦੇ ਤੌਰ ਤੇ ਵਿਚਰਨਾ ਇੱਕ ਵਕੀਲ ਦੇ ਤੌਰ ਤੇ ਵਿਚਰਨਾ ਜਾਂ ਇੱਕ ਬਿਜ਼ਨਸਮੈਨ ਦੇ ਤੌਰ ਤੇ ਵਿਚਰਨਾ ਤੇ ਸਿਆਸਤ ਦੇ ਵਿੱਚ ਵਿਚਰਨ ਦੇ ਵਿੱਚ ਕਿੰਨਾ ਕੋ ਫਰਕ ਤੁਸੀਂ ਦੇਖਿਆ ਦੇਖੋ ਕਿਉਂਕਿ ਸਿਆਸਤ ਹੈ ਇੱਕ ਬਿਲਕੁਲ ਡਿਫਰੈਂਟ ਤੁਸੀਂ ਆਪ ਹੀ ਦੱਸ ਸਕਦੇ ਨਹੀਂ ਮੈਂ ਸਮਝਦਾ ਵੀ ਸਿਆਸਤ ਤੇ ਸਮਾਜ ਸੇਵਾ ਦੇ ਵਿੱਚ ਅੰਤਰ ਹੀ ਕੋਈ ਨਹੀਂ ਹੈ ਜੇ ਆਪਾਂ ਮੰਨ ਲਈਏ ਤਾਂ ਸਿਆਸਤ ਇੱਕ ਸਮਾਜ ਸੇਵਾ ਹੀ ਹੈ ਬਟ ਆਪਾਂ ਨੂੰ ਜੇ ਆਪਾਂ ਸੋਚੀ ਮੈਂ ਤਾਂ ਐਮਐਲਏ ਬਣਨ ਲਈ ਸਿਆਸਤ ਦੇ ਵਿੱਚ ਆਇਆ ਤਾਂ ਮੇਰਾ ਖਿਆਲ ਹੈ ਉਹ ਆਪਾਂ ਉਸ ਲੈਵਲ ਤੱਕ ਪਹੁੰਚ ਹੀ ਨਹੀਂ ਕਦੇ ਸਕਦੇ ਜੇ ਆਪਾਂ ਕਹੀਏ ਵੀ ਮੈਂ ਐਮਐਲਏ ਜਾਂ ਐਮਪੀ ਬਣਨ ਵਾਸਤੇ ਮੈਂ ਸਿਆਸਤ ਦੇ ਵਿੱਚ ਆਇਆ ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਆਪਾਂ ਕਦੇ ਪਹੁੰਚ ਸਕਦੇ ਹਾਂ ਇਹ ਤਾਂ ਆਪਣਾ ਮਨ ਮਾਰ ਕੇ ਤੁਹਾਨੂੰ ਮੰਨਣਾ ਪੈਣਾ ਵੀ ਮੈਂ ਤਾਂ ਸਮਾਜ ਸੇਵਾ ਹੀ ਕਰਨੀ ਹੈ ਪਹੁੰਚਣਾ ਕਿੱਥੇ ਹੈ ਉਹ ਪ੍ਰਮਾਤਮਾ ਨੂੰ ਪਤਾ ਜਾਂ ਤੁਹਾਡੇ ਵੋਟਰਸ ਨੂੰ ਪਤਾ ਹੈ ਤੁਸੀਂ ਦਿਲ ਉਹਨਾਂ ਕਿੰਨਾ ਜਿੱਤ ਸਕਦੇ ਹੋ ਹੂੰ ਹੂੰ ਠੱਕੇ ਨਾਲ ਦੇਖੋ ਆਪਾਂ ਕੱਠ ਜਿੱਡੇ ਮਰਜ਼ੀ ਵਟੇ ਕਰ ਸਕਦੇ ਆ ਪਰ ਵੋਟ ਪਾਉਣ ਲਈ ਤਾਂ ਤੁਹਾਨੂੰ ਲੋਕਾਂ ਦੇ ਦਿਲਾਂ 'ਚ ਵੜਨਾ ਹੀ ਪੈਣਾ ਜੇ ਤੁਸੀਂ ਦਿਲ ਜਿੱਤ ਸਕਦੇ ਹੋ ਤਾਂ ਹੀ ਤੁਸੀਂ ਇਲੈਕਸ਼ਨ ਜਿੱਤ ਸਕਦੇ ਹੋ ਤਾਂ ਹੀ ਅੱਗੇ ਜਾ ਸਕਦੇ ਹੋ ਹਾਂ ਬਿਲਕੁਲ ਪੰਥੇ ਕੇ ਪਰਿਵਾਰ ਜਿਹੜਾ ਹੈਗਾ ਤੁਹਾਡਾ ਸਬੰਧ ਰੱਖਦਾ ਰਿਹਾ ਤੁਹਾਡਾ ਸਾਹਿਬ ਦੇ ਕਾਫੀ ਨਜ਼ਦੀਕੀ ਰਹੇ ਹੋ ਕਾਫੀ ਤੁਸੀਂ ਦੱਸਿਆ ਆਪ ਵੀ ਤੁਸੀਂ ਉਹਨਾਂ ਦੀ ਸੰਗਤ ਵੀ ਕੀਤੀ ਹੈ ਛੋਟੇ ਹੁੰਦੇ ਤੁਸੀਂ ਜਾਂਦੇ ਰਹੇ ਹੋ ਅੱਜ ਜੋ ਸਾਡੀ ਸਰਕਾਰ ਹੈ ਪੰਥੀ ਸਰਕਾਰ ਹੈ ਆਕਾਲੀ ਦਲ ਦੀ ਸਰਕਾਰ ਹੈ ਤੁਸੀਂ ਸੋਚਦੇ ਹੋ ਕਿ ਉਹ ਪੰਥਕ ਜਿਹੜੇ ਹਿੱਤ ਸਨ ਪੰਥਕ ਮਸਲੇ ਸਨ ਜਾਂ ਪੰਥਕ ਗੱਲਬਾਤ ਸੀ ਉੱਥੇ ਖੜੀ ਹੈ ਸਰਕਾਰ ਸਾਡੀ ਨਹੀਂ ਦੇਖੋ ਉਹਦੇ ਚ ਇਹ ਹੈ ਵੀ ਦੇਖੋ ਸਾਰੇ ਜਿਹੜੇ ਪੁਰਾਣੇ ਪੰਥਕ ਸਾਡੇ ਲੀਡਰ ਸੀ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦਿਆਂ ਤੋਂ ਦੇਖਦੇ ਆ ਰਹੇ ਹਾਂ ਸਾਰਿਆਂ ਦਾ ਉਨਾ ਹੀ ਮਾਣ ਸਤਿਕਾਰ ਬਰਕਰਾਰ ਰੱਖਿਆ ਗਿਆ ਸੀਐਮ ਸਾਹਿਬ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੇ ਕੋਈ ਵੀ ਆਪਣੇ ਜਿਹੜਾ ਉਹਨਾਂ ਦੇ ਵੇਲੇ ਦਾ ਜਾਂ ਉਹਨਾਂ ਦੇ ਨਾਲ ਜਿਹੜੇ ਜਿਹੜੇ ਵੀ ਪੰਥਕ ਲੀਡਰਾਂ ਨੇ ਕੰਮ ਕੀਤਾ ਮੇਰਾ ਖਿਆਲ ਹੈ ਵੀ ਉਹਨਾਂ ਨੇ ਆਪਣੇ ਤੋਂ ਪਰੇ ਕਦੇ ਨਹੀਂ ਹੋਣ ਦਿੱਤੇ ਇਹ ਵੱਡੀ ਐਗਜ਼ਾਮਪਲ ਹੈ ਟੋਡਾ ਸਾਹਿਬ ਦਾ ਪਰਿਵਾਰ ਸੀ ਇਹਨਾਂ ਨੇ ਕਿਹਾ ਵੀ ਸਾਨੂੰ ਟਿਕਟਸ ਨੌਰ ਤੋਂ ਕੱਟ ਕੇ ਤੁਸੀਂ ਪਟਿਆਲਾ ਦਿਹਾਤੀ ਦਿਓ ਇਹਨਾਂ ਨੂੰ ਵੀ ਨਾ ਨਹੀਂ ਕਰ ਸਕੇ ਹਾਲਾਂਕਿ ਸਾਡੀ ਵੀ ਬਲ ਸਾਹਿਬ ਨਾਲ ਸੁਖਬੀਰ ਜੀ ਨਾਲ ਸਾਡੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲੇ ਦਲ ਦੇ ਉਹਨਾਂ ਨੇ ਬਹੁਤ ਦੇ ਦਿੱਤਾ ਜਾਂਦੀਆਂ ਦੀ ਕੋਈ ਪੰਜਾਬ ਦੇ ਸਾਡਾ ਸਮਾਂ ਖਤਮ ਹੋ ਰਿਹਾ ਚੰਦੇ ਚੰਦੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤਕੋ ਪੰਜਾਬ ਦੇ ਨੌਜਵਾਨਾਂ ਨੂੰ ਮੇਰੇ ਵੱਲੋਂ ਤਾਂ ਇਹੀ ਬੇਨਤੀ ਹੈ ਆਪਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਬੱਡੀ ਕੱਪ ਵੀ ਕਰਾਏ ਨੇ ਅਜਿਹੇ ਹੋਰ ਵੀ ਇਵੈਂਟਸ ਅੱਗੇ ਤੋਂ ਜਿਹੜੇ ਪਲਾਨ ਸਰਕਾਰ ਨੇ ਕੀਤੇ ਨੇ ਤਾਂ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਜਿਹੜੀ ਆਪਣੀ ਅਸਲ ਕਮਾਈ ਹੈ ਉਹ ਆਪਣਾ ਸਰੀਰ ਹੈ ਆਪਣੀ ਨੌਜਵਾਨੀ ਹੈ ਨੌਜਵਾਨੀ ਦਾ ਹੀ ਨਸ਼ਾ ਇੰਨਾ ਹੋਣਾ ਚਾਹੀਦਾ ਵੀ ਆਪਾਂ ਨੂੰ ਬਾਹਰਲੇ ਨਸ਼ੇ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ ਲੋੜ ਹੀ ਨਹੀਂ ਹੋਣੀ ਚਾਹੀਦੀ ਸੋ ਖਟੜਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਟੂਡੀਓ 'ਚ ਆਏ ਅੱਜ ਅਸੀਂ ਇੱਕ ਅਹਿਮ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਐਸੇ ਨਾਲ ਹੀ ਸਾਡਾ ਅੱਜ ਦਾ ਜਾਗੋ ਪੰਜਾਬ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਸਲਾਹ ਦੇ ਸਕਦੇ ਹੋ ਐਡੀਟਰ @dnanightnews.com ਤੇ ਈਮੇਲ ਕਰਕੇ ਸਾਡੇ ਨਾਲ ਫੋਨ ਲਾਈਨ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਫਿਲਹਾਲ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਾਂਗੇ ਉਦੋਂ ਤੱਕ ਲਈ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ असे दिखाएंगे YouTube ते सानू फॉलो करो Twitter ते खबरानाल जुड़े रहो दिन रात